ਹੈਲੋ एवरीवन ਸ਼ਸ਼ਿਕਾ ਨਮਸਕਾਰ ਤੇ ਅਦਾਬ ਸਾਰਿਆਂ ਨੂੰ ਮੇਰੇ ਚੈਨਲ ਈਜ਼ੀ ਕੁਕ ਬਲੌਗਸ ਵਿਦ ਪੂਨੀਆ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਰਸਗੁੱਲਾ ਖੀਰ ਰਸਗੁੱਲੇ ਦੀ ਖੀਰ ਆਪਾਂ ਕਿਵੇਂ ਬਣਾ ਸਕਦੇ ਹਾਂ ਚਲੋ ਇਹ ਮੈਂ ਤੁਹਾਨੂੰ ਵਿਖਾਉਣੀ ਹੈ ਕਿ ਆਪਾਂ ਜਿਹੜੀ ਇਹ ਖੀਰ ਹੈ ਕਿਸ ਤਰ੍ਹਾਂ ਤਿਆਰ ਕਰਾਂਗੇ ਰਸਗੁੱਲਾ ਖੀਰ ਬਣਾਉਣ ਦੇ ਲਈ ਆਪਾਂ ਦੋ ਬਰਤਨ ਦੇ ਵਿੱਚ ਦੁੱਧ ਲਵਾਂਗੇ ਇੱਕ ਮੈਂ ਇਹ ਬਰਤਨ ਦੇ ਵਿੱਚ ਜਿਹੜਾ 1 ਕਿਲੋ ਦੁੱਧ ਲਿਆਏ ਤੇ ਇਹ ਮੈਂ 15 ਮਿੰਟ ਹੋ ਗਏ ਹੈ ਦੁੱਧ ਨੂੰ ਬੋਇਲ ਬੋਇਲ ਕਰਨ ਦੇ ਲਈ ਰੱਖਿਆ ਹੋਇਆ ਹੈ ਕਿਉਂਕਿ ਇਹ ਆਪਾਂ ਨੇ ਦੁੱਧ ਨੂੰ ਥਿੱਕ ਕਰਨਾ ਉਬਾਲਦੇ ਹੋਏ ਬੋਇਲ ਹੁੰਦੇ ਹੋਏ ਦੁੱਧ ਹੌਲੀ-ਹੌਲੀ ਜਿਹੜਾ ਇਹ ਥਿੱਖ ਹੋ ਜੇਗਾ ਇਸ ਲਈ ਮੈਂ ਇਹਨੂੰ ਪਹਿਲਾਂ ਰੱਖ ਦਿੱਤਾ ਗੈਸ ਤੇ ਤੇ ਜਿਹੜਾ ਦੁੱਧ ਹੈ ਆਪਣਾ ਅੱਛੇ ਤਰੀਕੇ ਨਾਲ ਉਬਲ ਰਿਹਾ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਜਿਹੜੇ ਕੁਸ਼ ਧਾਗੇ ਆਪਾਂ ਕੇਸਰ ਦੇ ਪਾ ਦਾਂਗੇ ਇਹਦੇ ਵਿੱਚ ਇਹਦੇ ਵਿੱਚ ਆਪਾਂ ਇਹ ਜਿਹੜੇ ਕੁਸ਼ ਧਾਗੇ ਆ ਕੇਸਰ ਦੇ ਪਾ ਦੱਤੇ ਆ ਤੇ ਆਪਾਂ ਇਹਦੇ ਵਿੱਚ ਇੱਕ ਵੱਡਾ 스ਪੂਨ ਹੈ ਜਿਹੜਾ ਟੇਬਲस्पून ਉਹ ਆਪਾਂ 슈ਗਰ ਦਾ ਪਾਵਾਂਗੇ ਜਾਂ ਆਪਾਂ ਸ਼ੂਗਰ ਇਹ ਵੀ ਕਹਿ ਸਕਦੇ ਆ ਕਿ ਆਪਣੀ ਚੁਆਇਸ ਦੇ ਅਨੁਸਾਰ ਆਪਾਂ ਜਿਹੜੀ ਸ਼ੂਗਰ ਹੈ ਕਿੰਨੀ ਕੁ ਵੱਧ ਘੱਟ ਕਰਨੇ ਆ ਉਸ ਦੇ ਅਨੁਸਾਰ ਵੀ ਆਪਾਂ ਜਿਹੜੀ ਸ਼ੂਗਰ ਪਾ ਸਕਦੇ ਆ ਤੇ ਇੱਕ ਜਿਹੜਾ ਆਪਾਂ ਰਸਗੁੱਲੇ ਬਣਾਵਾਂਗੇ ਕਿਉਂਕਿ ਆਪਾਂ ਨੇ ਰਸਗੁੱਲਾ ਖੀਰ ਬਣਾਉਣੀ ਹੈ ਉਹਦੇ ਵਿੱਚ ਵੀ ਜਿਹੜੀ ਸ਼ੂਗਰ ਹੈ ਰਸਗੁੱਲੇ ਦੇ ਵਿੱਚ ਵੀ ਹੋਏਗੀ ਉਹਦੇ ਅਕੋਰਡਿੰਗ ਆਪਾਂ ਨੇ ਦੁੱਧ ਦੇ ਵਿੱਚ ਜਿਹੜੀ ਆਪਣਾ ਸ਼ੂਗਰ ਹੈ ਉਹ ਐਡ ਕਰਨੀ ਆ ਇਹ ਦੇਖੋ ਮੈਂ ਇਹਦੇ ਵਿੱਚ ਜਿਹੜੀ ਇਹ 1 ਸਪੂਨ ਹੈਗਾ ਇਹ ਸ਼ੂਗਰ ਦਾ ਐਡ ਕਰ ਦਤਾ ਤੇ ਮਿਕਸ ਕਰਾਂਗੇ ਇਹਨੂੰ ਅਜੇ ਹੋਰ ਆਪਾਂ ਜਿਹੜਾ ਥਿੱਕ ਹੋਣ ਦਵਾਵਾਂਗੇ ਦੁੱਧ ਨੂੰ ਸਲੋ ਫਲੇਮ ਤੇ ਰੱਖ ਦਾਂਗੇ ਤੇ ਵਿਚ ਵਿਚ ਆਪਾਂ ਇਹਨੂੰ ਚਲਾਉਂਦੇ ਰਹਾਂਗੇ ਤੇ ਇੱਧਰ ਜਿਹੜਾ ਮੈਂ ਦੂਜੇ ਬਰਤਨ ਚ ਦੁੱਧ ਲਿਆ ਇਹ ਅੱਧਾ ਕਿਲੋ ਦੁੱਧ ਹੈ ਇਸ ਦੁੱਧ ਤੋਂ ਆਪਾਂ ਨੇ ਜਿਹੜੇ ਰਸਗੁੱਲੇ ਆ ਆਪਣੇ ਉਹ ਬਣਾਉਣੇ ਆ ਦੇਖੋ ਦੁੱਧ ਰੱਖਿਆ ਹੋਇਆ ਹੁਣ ਮੈਂ ਜਿਹੜਾ ਗੈਸ ਹੈ ਬੰਦ ਕਰ ਦਿੰਦੀ ਆ ਕਿਉਂਕਿ ਦੁੱਧ ਨੂੰ ਜਿਹੜਾ ਉਬਾਲ ਆ ਆ ਚੁੱਕਾ ਆ ਉਹ ਤੇ ਆਪਾਂ ਨੇ ਜਿਹੜਾ ਇਹਨੂੰ ਦੁੱਧ ਨੂੰ ਆਪਾਂ ਨੇ ਫਾੜ ਕੇ ਇਹਦੇ ਰਸਗੁੱਲੇ ਬਣਾਉਣੇ ਆ ਆਪਾਂ ਇਹਦੇ ਵਿੱਚ ਜ਼ਿਆਦਾ ਨਿੰਬੂ ਪਾ ਸਕਦੇ ਆ ਜਾਂ ਆਪਾਂ ਵਾਈਟ ਸ਼ਿਰਕਾ ਵਾਈਟ ਵਿਨੇਗਰ ਹੈ ਜਿਹੜਾ ਉਹ ਯੂਜ਼ ਕਰ ਸਕਦੇ ਆ ਮੈਂ ਇਹਦੇ ਵਿੱਚ ਜਿਹੜਾ ਵਾਈਟ ਵਿਨੇਗਰ ਉਹ ਪਾਵਾਂਗੀ ਤੇ ਇਹ ਆਪਾਂ ਨੇ ਫਲੇਮ ਦੇ ਉੱਤੇ ਨਹੀਂ ਪਾਉਣਾ ਫਲੇਮ ਬੰਦ ਕਰਕੇ ਥੋੜਾ ਦੁੱਧ ਠੰਡਾ ਹੋ ਜਵੇ ਉਦੋਂ ਆਪਾਂ ਨੇ ਜਿਹੜਾ ਇਹਦੇ ਵਿੱਚ ਵਿਨੇਗਰ ਜਾਂ ਨਿੰਬੂ ਦਾ ਰਸ ਹੈ ਉਹ ਐਡ ਕਰਨਾ ਹੈ ਇੱਧਰ ਦੇਖੋ ਜਿਹੜਾ ਆਪਾਂ ਨੇ ਦੁੱਧ ਦੇ ਵਿੱਚ ਕੇਸਰ ਪਾਇਆ ਬਿਲਕੁਲ ਉਹ ਜ਼ਰੂਰੀ ਨਹੀਂ ਹੈਗਾ ਇਹ ਸਿਰਫ ਇਹ ਹੈ ਵੀ ਥੋੜਾ ਜਿਹੜਾ ਦੁੱਧ ਦਾ ਕਲਰ ਹੈ ਚੇਂਜ ਹੋ ਜਵੇ ਉਹ ਅੱਛਾ ਲੱਗਦਾ ਦੇਖਣ ਨੂੰ ਇਸ ਲਈ ਆਪਾਂ ਨੇ ਕੇਸਰ ਐਡ ਕੀਤਾ ਤੇ ਹੁਣ ਮੈਂ ਇਹਦੇ ਵਿੱਚ ਕੁਝ ਜਿਹੜੇ ਕੁੱਟੇ ਹੋਏ ਕਾਜੂ ਦਾ ਪਾਊਡਰ ਹੈ ਤੇ ਕੁਝ ਕਾਜੂ ਦੇ ਪੀਸੇ ਜਿਹੜੇ ਥੋੜੇ ਮੈਂ ਮੋਟੇ ਰੱਖੇ ਆ ਆਪਾਂ ਇਹ ਐਡ ਕਰ ਦਾਂਗੇ ਇਹ ਐਡ ਕਰਨ ਦਾ ਮਤਲਬ ਇਹ ਹੈਗਾ ਇੱਕ ਤਾਂ ਟੇਸਟ ਤਾਂ ਆਪਣਾ ਜਿਹੜਾ ਚੀਜ਼ ਹੈ ਕਿਸੇ ਵਿੱਚ ਵੀ ਆਪਾਂ ਡਰਾਈ ਫਰੂਟ ਪਾਉਨੇ ਆ ਟੇਸਟੀ ਤਾਂ ਬਣਦੀ ਬਣਦੀ ਹੈ ਤੇ ਨਾਲ ਜਿਹੜਾ ਆਪਾਂ ਨੇ ਦੁੱਧ ਠਿੱਕ ਕਰਨਾ ਨਾ ਉਹ ਜਲਦੀ ਠਿੱਕ ਹੋ ਜਾਏਗਾ ਦੁੱਧ ਤੁਸੀਂ ਕਾਜੂ ਦਾ ਪਾਊਡਰ ਦੀ ਜਗ੍ਹਾ ਬਦਾਮ ਦਾ ਪਾਊਡਰ ਹੈ ਜਿਹੜਾ ਉਹ ਵੀ ਪਾ ਸਕਦੇ ਹੋ ਤੇ ਚਲੋ ਹੁਣ ਆਪਾਂ ਜਿਹੜਾ ਆਪਣਾ ਦੁੱਧ ਹੈ ਉਹਦੇ ਵਿੱਚ ਦੂਜੇ ਚ ਪਾਸੇ ਸ਼ਿਰਕਾ ਐਡ ਕਰਕੇ ਉਹਨੂੰ ਦੁੱਧ ਨੂੰ ਆਪਾਂ ਫ ਇਹ ਦੇਖੋ ਹੁਣ ਆਪਾਂ ਇਹ ਦੁੱਧ ਦੇ ਵਿੱਚ ਨਾ ਸ਼ਿਰਕਾ ਪਾ ਦਾਂਗੇ ਜਾਂ ਤੁਸੀਂ ਨਿੰਬੂ ਦਾ ਰਸ ਪਾ ਲਾਂਗੇ ਪਾ ਸਕਦੇ ਹੋ ਤੇ ਹੁਣ ਆਪਣਾ ਜਿਹੜਾ ਦੁੱਧ ਹੈ ਫਟ ਜਾਏਗਾ ਤੇ ਫਿਰ ਆਪਾਂ ਇਹਨੂੰ ਇੱਕ ਕਾਟਨ ਦੇ ਕੱਪੜੇ ਦੇ ਵਿੱਚ ਛਾਣ ਲਾਂਗੇ ਇਹ ਦੇਖੋ ਸ਼ਿਰਕਾ ਵਿਨੇਗਰ ਪਾਉਣ ਤੋਂ ਬਾਅਦ 2 ਮਿੰਟ ਦੇ ਵਿੱਚ ਹੀ ਜਿਹੜਾ ਆਪਣਾ ਦੁੱਧ ਹੈ ਫਟ ਗਿਆ ਤੇ ਹੁਣ ਆਪਾਂ ਇਹਨੂੰ ਨਾ ਇੱਕ ਕਾਟਨ ਦੇ ਕੱਪੜੇ ਤੇ ਦੁੱਧ ਨੂੰ ਛਾਣ ਲੈਣੇ ਆ ਇਹਦਾ ਪਾਣੀ ਅਲੱਗ ਕਰ ਲੈਣੇ ਆ ਜਿਹੜੇ ਇਹਦੇ ਪੀਸ ਬਣ ਗਏ ਐ ਪਨੀਰ ਦੇ ਉਹਨਾਂ ਨੂੰ ਅਲੱਗ ਕਰ ਲੈਣੇ ਆ ਤੇ ਆਪਾਂ ਨਾਲ ਦੀ ਨਾਲ ਜਿਹੜਾ ਆਪਣਾ ਦੂਜਾ ਦੁੱਧ ਹੈ ਉਹਦਾ ਵੀ ਧਿਆਨ ਰੱਖਾਂਗੇ ਤੇ ਇਹਦੇ ਵਿੱਚ ਆਪਾਂ ਲਗਾਤਾਰ ਜਿਹੜੀ ਆਪਣੀ ਇਹਦੇ ਵਿੱਚ 스ਪੂਨ ਹੈ ਜਿਹੜਾ ਲਗਾਤਾਰ ਆਪਾਂ ਚਲਾਉਂਦੇ ਰਹਾਂਗੇ ਥੋੜੀ ਥੋੜੀ ਦੇਰ ਬਾਅਦ ਹੁਣ ਆਪਾਂ ਕੋਈ ਵੀ ਇੱਕ ਬਰਤਨ ਲੈ ਲਾਂਗੇ ਤੇ ਉਹਦੇ ਉੱਤੇ ਛਲਣੀ ਰੱਖ ਲਾਂਗੇ ਤੇ ਇਹਦੇ ਛਲਣੀ ਦੇ ਉੱਤੇ ਆਪਾਂ ਇੱਕ ਕਾਟਨ ਦਾ ਕੱਪੜਾ ਰੱਖ ਲਾਂਗੇ ਧਿਆਨ ਰੱਖਾਂਗੇ ਜਿਹੜਾ ਕੱਪੜਾ ਹੈ ਆਪਾਂ ਕੋਈ ਵੀ ਕਲਰ ਵਾਲਾ ਨਹੀਂ ਰੱਖਾਂਗੇ ਤਾਂ ਕਿ ਜਿਹੜਾ ਕਲਰ ਹੈ ਉਹਦਾ ਆਪਣੇ ਪਨੀਰ ਨੂੰ ਕਲਰ ਹੈ ਜਿਹੜਾ ਉਹ ਨਾਲ ਲੱਗਿਆ ਉਹਦਾ ਦਾ ਕੱਪੜਾ ਰੱਖਾਂਗੇ ਜਿਹਦੇ ਵਿੱਚ ਕੋਈ ਕਲਰ ਨਾ ਹੋਵੇ ਤੇ ਹੁਣ ਆਪਾਂ ਜਿਹੜਾ ਇਹ ਇਹਨੂੰ ਪਨੀਰ ਨੂੰ ਇਹਦੇ ਤੇ ਛਾਣ ਲਾਂਗੇ ਤੇ ਆਪਣਾ ਪਾਣੀ ਹੈ ਜਿਹੜਾ ਥੱਲੇ ਰਹਿ ਜਗਾ ਆਪਣਾ ਪਨੀਰ ਮੋਟਾ ਕੱਪੜੇ ਦੇ ਵਿੱਚ ਰਹਿ ਜਗਾ ਫਿਰ ਹੁਣ ਆਪਾਂ ਇਹਨੂੰ ਇਕੱਠਾ ਕਰਕੇ ਅੱਛੇ ਤਰੀਕੇ ਨਾਲ ਕੁੱਟ ਕੇ ਬਿਲਕੁਲ ਪਾਣੀ ਨਿਚੋੜ ਦਾਂਗੇ ਤੇ ਜਿਹੜਾ ਇਹਦਾ ਪਾਣੀ ਆਪਣਾ ਪਨੀਰ ਦੇ ਵਿੱਚੋਂ ਨਿਕਲਣਾ ਹੈ ਉਹ ਬਹੁਤ ਪੋਸਟਿਕ ਬਹੁਤ ਹੈਲਦੀ ਹੁੰਦਾ ਆਪਾਂ ਉਹਨੂੰ ਵੀ ਆਪਣੇ ਖਾਣੇ 'ਚ ਵਰਤ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਉਹਦੇ ਨਾਲ ਆਟਾ ਗੁੰਨ ਸਕਦੇ ਹਾਂ ਉਸ ਪਾਣੀ ਦੇ ਨਾਲ ਤੇ ਜਾਂ ਫਿਰ ਆਪਾਂ ਥੋੜਾ ਥੋੜਾ ਕਰਕੇ ਕਿਸੇ ਵੀ ਆਪਣੀ ਕੋਈ ਗਰੇਵੀ ਵਾਲੀ ਚੀਜ਼ ਬਣਾਉਣੀ ਹੈ ਆਪਾਂ ਉਹਦੇ ਵਿੱਚ ਉਹਨੂੰ ਐਡ ਕਰ ਸਕਦੇ ਹਾਂ ਚਲੋ ਹੁਣ ਆਪਾਂ ਜਿਹੜਾ ਆਪਣਾ ਪਨੀਰ ਹੈ ਇਹਨੂੰ ਬਿਲਕੁਲ ਘੁੱਟ ਕੇ ਨਿਚੋੜ ਕੇ ਇਹਦਾ ਪਾਣੀ ਹੈ ਜਿਹੜਾ ਆਪਾਂ ਕੱਢ ਦਨੇ ਜਿਹੜਾ ਥੋੜਾ ਬਹੁਤਾ ਇਹਦੇ ਵਿੱਚ ਰਹਿ ਗਿਆ ਇਹ ਦੇਖੋ ਆਪਣਾ ਪਨੀਰ ਚੋਂ ਇੰਨਾ ਪਾਣੀ ਨਿਕਲ ਗਿਆ 1/2 ਕਿਲੋ ਦੁੱਧ ਚੋਂ ਤੇ ਇਹ ਜਿਹੜਾ ਆਪਣਾ ਪਨੀਰ ਹੈ ਪਿੱਛੇ ਬਚਿਆ ਤੇ ਹੁਣ ਆਪਾਂ ਇਹਨੂੰ ਨਾ ਪਾਣੀ ਦੇ ਨਾਲ ਧੋਲਾਂਗੇ ਇਸ ਪਨੀਰ ਨੂੰ ਤਾਂ ਕਿ ਜਿਹੜਾ ਸ਼ਿਰਕੇ ਦਾ ਅਸਰ ਹੈ ਇਹਦੇ ਵਿੱਚੋਂ ਨਿਕਲ ਜਾਵੇ ਇਹ ਦੇਖੋ ਆਪਣੀ ਜਿਹੜਾ ਇਹ ਖੀਰ ਬਣ ਰਹੀ ਹੈ ਦੁੱਧ ਠੀਖ ਹੋ ਰਿਹਾ ਬਹੁਤ ਅੱਛੇ ਤਰੀਕੇ ਨਾਲ ਕਾਜੂ ਪਾਉਣ ਤੋਂ ਬਾਅਦ ਬਹੁਤ ਜਲਦੀ ਹੈ ਜਿਹੜਾ ਦੁੱਧ ਕਾਫੀ ਜ਼ਿਆਦਾ ਠੀਖ ਹੋ ਰਿਹਾ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਇਲਾਇਚੀ ਪਾਊਡਰ ਪਾ ਦਨੇ ਇਹ ਤੁਹਾਡਾ ਬਿਲਕੁਲ ਹੀ ਆਪਣੀ ਚੋਇਸ ਤੇ ਹੈ ਤੁਸੀਂ ਕੋਈ ਵੀ ਡਰਾਈ ਫਰੂਟ ਪਾ ਸਕਦੇ ਹੋ ਕੁਝ ਵੀ ਜੋ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਇਲਾਇਚੀ ਪਾਊਡਰ ਪਸੰਦ ਕਰ ਸਕਦੇ ਹੋ ਆਪਾਂ ਕਰਦੇ ਹਾਂ ਤਾਂ ਪਾ ਸਕਦੇ ਹੋ ਅਗਰ ਨਹੀਂ ਪਸੰਦ ਕਰਦੇ ਤਾਂ ਸਕਿਪ ਕਰ ਸਕਦੇ ਹੋ ਤੇ ਹੁਣ ਆਪਾਂ ਆਪਣਾ ਜਿਹੜਾ ਪਨੀਰ ਹੈ ਇਹਦੇ ਉੱਤੇ ਨਾ ਪਾਏ ਐਦਾਂ ਹੀ ਕੱਪੜੇ ਦੇ ਸਮੇਤੀ ਇਹਦੇ ਉੱਤੇ ਨਾ ਐਦਾਂ ਪਾਣੀ ਪਾਵਾਂਗੇ ਤਾਂ ਕਿ ਨਿਕਲ ਜਾਵੇ ਤੇ ਹੁਣ ਆਪਾਂ ਇਹਨੂੰ ਪਾਣੀ ਪਾਉਣ ਤੋਂ ਬਾਅਦ ਕੁੱਟ ਕੇ ਇੱਕ ਵਾਰ ਫਿਰ ਆਪਣੇ ਹੱਥ ਨਾਲ ਜਿਹੜਾ ਇਹਨੂੰ ਇਦਾਂ ਆਪਾਂ ਨਚੋੜ ਲਾਂਗੇ ਤੇ ਫਿਰ ਇਹਨੂੰ ਇੱਕ ਪਲੇਟ ਤੇ ਆਪਾਂ ਕੱਟ ਕੇ ਲੈਣੇ ਆ ਤੇ ਇਹਨੂੰ ਮਸਲ ਮਸਲ ਕੇ ਫਿਰ ਆਪਾਂ ਸੌਫਟ ਕਰਾਂਗੇ ਪਨੀਰ ਨੂੰ ਇਹ ਦੇਖੋ ਜਿਹੜਾ ਆਪਣਾ ਇਹ ਪਨੀਰ ਨਿਕਲ ਆਇਆ ਆਪਣੇ ਅੱਧਾ ਕਿਲੋ ਦੁੱਧ ਦੇ ਵਿੱਚੋਂ ਇਹ ਨਿਕਲਿਆ ਤੇ ਤੁਹਾਨੂੰ ਮੈਂ ਇਹ ਕੁਆਂਟੀਟੀ ਇਸ ਲਈ ਦੱਸ ਸਕਦੀਆਂ ਕਿਉਂਕਿ ਤੁਸੀਂ ਆਪਣੇ ਫੈਮਿਲੀ ਮੁਤਾਬਕ ਜਿਹੜਾ ਦੁੱਧ ਹੈ ਘੱਟ ਵੱਧ ਲੈ ਸਕਦੇ ਹੋ ਤੇ ਹੁਣ ਆਪਾਂ ਕੀ ਕਰਾਂਗੇ ਇੱਧਰ ਤਾਂ ਆਪਾਂ ਇਹਨੂੰ ਬਹੁਤ ਆਪਣੇ ਹੱਥਾਂ ਦੇ ਨਾਲ ਏਦਾਂ ਮਸਲਦੇ ਰਹਾਂਗੇ ਤੇ ਬਿਲਕੁਲ ਆਪਾਂ ਨੇ ਇਹਨੂੰ ਸੌਫਟ ਬਣਾ ਲੈਣਾ ਸੌਫਟ ਬਣਾਉਣ ਤੋਂ ਬਾਅਦ ਫਿਰ ਆਪਾਂ ਇਹਨਾਂ ਇਹਦੇ ਜਿਹੜੇ ਛੋਟੇ-ਛੋਟੇ ਰਸਗੁੱਲੇ ਬਣਾਵਾਂਗੇ ਰਸਗੁੱਲਿਆਂ ਦੇ ਲਈ ਹੁਣ ਆਪਾਂ ਜਿਹੜੀ ਇਹ ਨਾਲ ਦੀ ਨਾਲ ਚਾਣੀ ਰੱਖ ਦਨੇ ਆ ਚਾਣੀ ਦੇ ਲਈ ਜਿਹੜੀ ਮੈਂ ਹਾਫ ਕਟੋਰੀ ਤੋਂ ਵੀ ਘੱਟ 슈ਗਰ ਲਈ ਹੈ ਤੇ 슈ਗਰ ਆਪਾਂ ਇੱਕ ਪੈਨ ਦੇ ਵਿੱਚ ਪਾ ਲਾਂਗੇ ਗੈਸ ਤੇ ਰੱਖਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਹੈ 2.5 ਕੌਲੀ ਹੈ ਜਿਹੜੀ ਇਹ 2.5 ਕਟੋਰੀ ਕਿਉਂਕਿ ਜੇ ਤਾਂ ਮੈਂ ਹਾਫ ਕਟੋਰੀ ਲੰਦੀ ਫਿਰ 3 ਕਟੋਰੀ ਪਾਣੀ ਪਾਉਣਾ ਸੀ ਹੁ ਇਦੇ ਵਿੱਚ ਪਾਣੀ ਪਾ ਕੇ ਉਬਲਣ ਤੇ ਲਈ ਆਪਾਂ ਰੱਖ ਦਵਾਂਗੇ ਇਹ ਆਪਾਂ ਨੇ ਜਿਹੜਾ ਚਾਸ਼ਣੀ ਦੇ ਲਈ ਪਾਣੀ ਰੱਖ ਦਿੱਤਾ ਗੈਸ ਤੇ ਤੇ ਹੁਣ ਆਪਾਂ ਇਹਨੂੰ ਕਵਰ ਕਰ ਦਨੇ ਆ ਇਹਨੂੰ ਉਬਲਣ ਦਨੇ ਆ ਤੇ ਨਾਲ ਆਪਾਂ ਆਪਣੇ ਜਿਹੜਾ ਪਨੀਰ ਕੱਢਿਆ ਉਹਨੂੰ ਮਸਲ ਮਸਲ ਕੇ ਸੌਫਟ ਕਰਦੇ ਆ ਤੇ ਉਹਦੇ ਛੋਟੇ ਛੋਟੇ ਰਸਗੁੱਲੇ ਬਣਾਉਨੇ ਆ ਇਧਰ ਇਹ ਦੇਖੋ ਜਿਹੜਾ ਆਪਾਂ ਖੀਰ ਦੁੱਧ ਦੇ ਵਿੱਚ ਜਿਹੜੇ ਰਸਗੁੱਲੇ ਪਾਉਣੇ ਆ ਆਪਾਂ ਨੇ ਰਸਗੁੱਲਾ ਖੀਰ ਜਿਹੜੀ ਬਣਾਉਣੀ ਹੈਗੀ ਉਹਦੇ ਲਈ ਦੁੱਧ ਠਿੱਖਾ ਨਾ ਰੱਖਿਆ ਹੋਇਆ ਤੇ ਦੁੱਧ ਆਪਣਾ ਕਾਫੀ ਰਿਡਿਊਸ ਹੋ ਗਿਆ ਕਾਫੀ ਠਿੱਕ ਹੋ ਗਿਆ ਹੁਣ ਆਪਾਂ ਜਿਹੜੇ ਗੈਸ ਐ ਬੰਦ ਕਰ ਦਨੇ ਆ। ਇਹ ਆਪਣਾ ਪ੍ਰੋਪਰ ਤਿਆਰ ਹੋ ਗਿਆ ਤੇ ਬਸ ਹੁਣ ਆਪਾਂ ਆਪਣੇ ਇਸ ਪ੍ਰੋਸੈਸ ਵੱਲ ਚੱਲਦੇ ਆ ਤੇ ਇਹਨੂੰ ਕਵਰ ਕਰਕੇ ਰੱਖ ਦਿਆਂ ਕੜਾਹੀ ਨੂੰ ਤੇ ਛੋਟੇ ਛੋਟੇ ਰਸਗੁੱਲੇ ਆਪਾਂ ਤਿਆਰ ਕਰਦੇ ਆ। ਇਹ ਕੜਾਹੀ ਆਪਾਂ ਨੇ ਚਾਸ਼ਣੀ ਵਾਲੀ ਕਵਰ ਕਰਕੇ ਰੱਖ ਦਿੱਤੀ ਤੇ ਇੱਧਰ ਹੁਣ ਆਪਾਂ ਇਹਨਾਂ ਨੂੰ ਮਸਲਦੇ ਹੋਏ ਜਿਹੜੇ ਆਪਣੇ ਇਹ ਰਸਗੁੱਲੇ ਆ ਨਾ ਬਿਲਕੁਲ ਇਹਨਾਂ ਨੂੰ ਸੌਫਟ ਕਰ ਲਾਂਗੇ। ਉਦੋਂ ਤੱਕ ਆਪਾਂ ਨੇ ਇਹਨੂੰ ਐਦਾਂ ਮਸਲ ਹੀ ਜਾਣਾ ਜਦੋਂ ਤੱਕ ਇਹ ਬਿਲਕੁਲ ਸੌਫਟ ਸਮੂਥ ਨਹੀਂ ਹੋ ਜਾਂਦੇ। ਇਹ ਦੇਖੋ ਪਨੀਰ ਜਿਹੜਾ ਬਿਲਕੁਲ ਆਪਣਾ ਸਾਫਟ ਸਮੂਥ ਹੋ ਗਿਆ ਤੇ ਹੁਣ ਆਪਾਂ ਇਹਦੇ ਛੋਟਾ ਛੋਟਾ ਤੋੜ ਕੇ ਦੀ ਛੋਟੀਆਂ ਛੋਟੀਆਂ ਗੋਲੀਆਂ ਬਣਾਵਾਂਗੇ ਛੋਟੇ ਛੋਟੇ ਰਸਗੁੱਲੇ ਹਨ ਤੇ ਇਦਾਂ ਤੇ ਆਪਾਂ ਨੂੰ ਪਤਾ ਲੱਗ ਜਾਏਗਾ ਜਦੋਂ ਆਪਾਂ ਇਹ ਬਣਾਉਣਾ ਹੀ ਆ ਗੋਲੀ ਇਹਦੇ ਵਿੱਚ ਕੋਈ ਵੀ ਕ੍ਰੈਕ ਵਗੈਰਾ ਜਿਹੜਾ ਨਹੀਂ ਹੋਏਗਾ ਕਿ ਆਪਣਾ ਜਿਹੜਾ ਇਹ ਚੀਜ਼ ਹੈ ਪਨੀਰ ਹੈ ਜਿਹੜਾ ਬਿਲਕੁਲ ਸੌਫਟ ਹੈ ਜਿਹੜਾ ਬਣ ਗਿਆ ਤੇ ਪਰਫੈਕਟ ਹੈ ਇਹ ਰਸਗੁੱਲੇ ਬਣਾਉਣ ਦੇ ਲਈ ਇਦਾਂ ਕਰਦੇ ਕਰਦੇ ਨਾ ਆਪਾਂ ਆਪਣੇ ਹੱਥ ਦੇ ਨਾਲ ਤੇ ਛੋਟੀਆਂ ਛੋਟੀਆਂ ਗੋਲੀਆਂ ਸਾਰੀਆਂ ਤਿਆਰ ਕਰ ਲਾਂਗੇ ਇਹ ਦੇਖੋ ਬਿਲਕੁਲ ਆਪਣਾ ਜਿਹੜੀ ਆਪਣਾ ਮੁਲਾਇਮ ਸੌਫਟ ਜਿਹੜਾ ਆਪਣਾ ਰਸਗੁੱਲਾ ਬਣ ਗਿਆ ਇਦਾਂ ਹੀ ਆਪਾਂ ਕਰਕੇ ਜਿਹੜੇ ਸਾਰੇ ਰਸਗੁੱਲੇ ਆ ਆਪਣੇ ਤਿਆਰ ਕਰ ਲਾਂਗੇ ਤੇ ਇੱਧਰ ਜਿਹੜੀ ਆਪਣੀ ਇਹ ਚਾਸ਼ਣੀ ਹੈ ਦੇਖੋ ਇਹ ਵੀ ਉਬਲ ਰਹੀ ਆ ਤੇ ਹੁਣ ਫਿਰ ਆਪਾਂ ਸਾਰੇ ਤਿਆਰ ਕਰਕੇ ਇਹਦੇ ਵਿੱਚ ਆਪਾਂ ਇਕੱਠੇ ਨਹੀਂ ਪਾਉਣੇ ਤਾਂ ਕਿ ਜਿਹੜਾ ਉਵਾਲ ਆ ਉਸੇ ਤਰ੍ਹਾਂ ਪਾਣੀ ਦੇ ਵਿੱਚ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਆਪਾਂ ਇੱਕ ਇੱਕ ਕਰਕੇ ਇਹ ਚਾਸ਼ਣੀ ਦੇ ਵਿੱਚ ਸਾਰੇ ਆਪਣੇ ਰਸਗੁੱਲੇ ਬਣਾ ਕੇ ਪਾ ਲਾਂਗੇ ਇਹ ਦੇਖੋ ਇਹਨੇ ਦੁੱਧ ਦੇ ਵਿੱਚ ਉਹ ਅੱਧਾ ਕਿਲੋ ਦੁੱਧ ਚੋਂ ਆਪਣੇ ਜਿਹੜੇ 10 ਰਸਗੁੱਲੇ ਆ ਤਿਆਰ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਪਾਣੀ 'ਚ ਛੱਡਾਂਗੇ ਆਪਾਂ ਲਗਾਤਾਰ ਨਹੀਂ ਪਾਉਣੇ ਬਿਲਕੁਲ ਆਪਾਂ ਇੱਕ ਇੱਕ ਕਰਕੇ ਪਾਵਾਂਗੇ ਤਾਂ ਕਿ ਜਿਹੜਾ ਪਾਣੀ ਹੈ ਉਹਦਾ ਉਬਾਲ ਬਣਿਆ ਰਹੇ ਅਗਰ ਆਪਾਂ ਸਾਰੇ ਇਹ ਰਸਗੁੱਲੇ ਇੱਕਦਮ ਪਾ ਦਾਂਗੇ ਪਾਣੀ ਦਾ ਉਬਲਣਾ ਥੋੜੀ ਦੇਰ ਲਈ ਰੁਕ ਜਾਏਗਾ ਉਹ ਰੁਕਣਾ ਨਹੀਂ ਚਾਹੀਦਾ ਇਸ ਕਰਕੇ ਆਪਾਂ ਇੱਕ ਇੱਕ ਕਰਕੇ ਸਾਰੇ ਰਸਗੁੱਲੇ ਆ ਜਿਹੜੇ ਆਪਾਂ ਆਪਣੀ ਇਸ ਚਾਸ਼ਣੀ ਦੇ ਵਿੱਚ ਛੱਡ ਦਾਂਗੇ ਤੇ 10 ਮਿੰਟ ਇਦਾਂ ਹੀ ਇਹਦੇ ਵਿੱਚ ਆਪਾਂ ਫੇਰ ਇਹਨਾਂ ਨੂੰ ਉਬਲਦੇ ਹੀ ਰਹਿਣ ਦੇਣਾ ਤਾਂ ਕਿ ਜਿਹੜਾ ਰਸਗੁੱਲਿਆਂ ਦੇ ਵਿੱਚ ਚਾਸ਼ਣੀ ਦਾ ਅਸਰ ਹੈ ਚਾਸ਼ਣੀ ਦਾ ਮਿੱਠਾਪਨ ਹੈ ਉਹ ਰਸਗੁੱਲਿਆਂ ਦੇ ਵਿੱਚ ਚਲਾ ਜਾਵੇ ਇਹ ਦੇਖੋ ਚਾਸ਼ਣੀ ਚੱਪਾ ਆਪਣੇ ਸਾਰੇ ਰਸਗੁੱਲੇ ਪਾ ਦਿੱਤੇ ਤੇ ਹੁਣ ਆਪਾਂ ਇਹਦੇ ਵਿੱਚ ਵੀ ਕੁਛ ਧਾਗੇ ਜਿਹੜੇ ਨੇ ਕੇਸਰ ਦੇ ਪਾ ਦਨੇ ਆ ਤਾਂ ਕਿ ਥੋੜਾ ਜਿਹੜਾ ਕਲਰ ਹੈ ਰਸਗੁੱਲਿਆਂ ਦਾ ਕਲਰ ਹੈ ਜਿਹੜਾ ਵਾਈਟ ਤੋਂ ਥੋੜਾ ਚੇਂਜ ਹੋ ਜੇ ਤੇ ਹੁਣ ਆਪਾਂ ਇਹਨੂੰ 10 ਮਿੰਟ ਟੱਕ ਕੇ ਉਬਲਣ ਦਵਾਂਗੇ ਰਸਗੁੱਲਿਆਂ ਨੂੰ ਵਿੱਚ ਚਾਸ਼ਣੀ ਦੇ ਦੇਖੋ ਆਪਣੇ ਜਿਹੜੇ ਰਸਗੁੱਲੇ ਆ ਫੁੱਲ ਗਏ ਤੇ ਫੁਲਕੇ ਇਹਨਾਂ ਦਾ ਸਾਈਜ਼ ਹੈ ਜਿਹੜਾ ਕਾਫੀ ਵੱਡਾ ਹੋ ਗਿਆ ਤੇ ਕੇਸਰ ਦਾ ਜਿਹੜਾ ਕਲਰ ਹੈ ਉਹਨੇ ਕਲਰ ਵੀ ਥੋੜਾ ਇਹਨਾਂ ਦਾ ਚੇਂਜ ਕਰਤਾ ਦਾ ਥੋੜਾ yellow yellow ਕਲਰ ਹੈ ਜਿਹੜਾ ਆ ਗਿਆ ਤੇ ਹੁਣ ਆਪਾਂ ਬਸ ਇਹਨਾਂ ਨੂੰ 2-3 ਮਿੰਟ ਹੋਰ ਉਬਲਣ ਦਵਾਂਗੇ ਤੇ ਇੰਨੇ ਆਪਾਂ ਜਿਹੜੀ ਆਪਾਂ ਦੁੱਧ ਆਪਣੇ ਕੀਤਾ ਸੀਗਾ ਖੀਰ ਤਿਆਰ ਇਹ ਆਪਾਂ ਇੱਕ ਸਰਵਿੰਗ ਬੌਲ ਦੇ ਵਿੱਚ ਕੱਢਦੇ ਆ ਤੇ ਫਿਰ ਜਿਉਂ ਹੀ ਆਪਣੇ ਰਸਗੁੱਲੇ ਆ ਜਿਹੜੇ 2 ਗਮਿੰਟ ਹੋਰ ਉਬਲਣ ਲੰਨੇ ਆ ਤੇ ਫਿਰ ਉਹ ਆਪਾਂ ਇਦੇ ਵਿੱਚ ਜਿਹੜੇ ਆਪਾਂ ਪਾ ਲਾਂਗੇ ਤੇ ਹੁਣ ਜਿਹੜਾ ਇਹ ਦੁੱਧ ਆਪਾਂ ਆਪਣੀ ਖੀਰ ਆਪਾਂ ਹੀ ਬਣਾਈ ਹੈ ਤੇ ਇੱਕ ਸਰਵਿੰਗ ਬਾਉਲ ਦੇ ਵਿੱਚ ਆਪਾਂ ਇਹਨੂੰ ਕੱਢ ਲੈਣੇ ਆ। ਇਹ ਦੇਖੋ ਆਪਾਂ ਇੱਕ ਆਪਣੇ ਸਰਵਿੰਗ ਬਾਉਲ ਦੇ ਵਿੱਚ ਹੈ ਜਿਹੜੀ ਖੀਰ ਕੱਢ ਲਈ ਹੈ ਤੇ ਹੁਣ ਆਪਾਂ ਜਿਹੜਾ ਗੈਸ ਹੈ ਜਿੱਥੇ ਆਪਣੇ ਰਸਗੁੱਲੇ ਜਿਹੜੀ ਚਸ਼ਨੀ ਚੁੱਬਲ ਰਹੇ ਆ ਉਹ ਗੈਸ ਵੀ ਆਪਾਂ ਬੰਦ ਕਰ ਦੰਨੇ ਆ। ਇਹ ਦੇਖੋ ਆਪਾਂ ਹੁਣ ਜਿਹੜਾ ਇਹ ਆਪਣਾ ਗੈਸ ਹੈ ਇਹਨੂੰ ਬੰਦ ਕਰ ਦੰਨੇ ਆ ਤੇ ਹੁਣ ਆਪਾਂ ਇਹ ਰ ਆਪਣੇ ਰਸਗੁੱਲੇ ਇੱਕ ਇੱਕ ਕੱਢਾਂਗੇ ਤੇ ਆਪਾਂ ਆਪਣੀ ਖੀਰ ਦੇ ਵਿੱਚ ਇਹਨਾਂ ਨੂੰ ਰੱਖ ਲਾਂਗੇ। ਤੇ ਇਹ ਆਪਾਂ ਜਿਹੜਾ ਖੀਰ ਹੈ ਆਪਾਂ ਠੰਡੀ ਕਰਕੇ ਵੀ ਸਰਵ ਕਰ ਸਕਦੇ ਆ ਜਾਂ ਰੂਮ ਟੈਂਪਰੇਚਰ ਤੇ ਵੀ ਆਪਾਂ ਆਪਣੀ ਚੁਆਇਸ ਅਨੁਸਾਰ ਲੈ ਸਕਦੇ ਆ ਚਲੋ ਹੁਣ ਆਪਾਂ ਜਿਹੜੇ ਇਹ ਰਸਗੁੱਲੇ ਆ ਆਪਾਂ ਇਹਦੇ ਚੋਂ ਇੱਕ ਇੱਕ ਕੱਢਦੇ ਆ ਤੇ ਆਪਣੇ ਖੀਰ ਦੇ ਵਿੱਚ ਇਹਨਾਂ ਨੂੰ ਐਡ ਕਰਦੇ ਆ ਇਹ ਦੇਖੋ ਆਪਣੀ ਰਸਗੁੱਲਾ ਖੀਰ ਜਿਹੜੀ ਬਣ ਕੇ ਤਿਆਰ ਆ ਤੇ ਹੁਣ ਆਪਾਂ ਆਪਣੀ ਚੁਆਇਸ ਅਨੁਸਾਰ ਕੋਈ ਵੀ ਇਹਦੇ ਉੱਤੇ ਜਿਹੜਾ ਡਰਾਈ ਫਰੂਟ ਆ ਪਾ ਸਕਦੇ ਆ ਮੈਂ ਇਹਦੇ 'ਚ ਥੋੜਾ ਜਿਹਾ ਜਿਹੜਾ ਪਿਸਤਾ ਉਹ ਪਾਵਾਂਗੀ ਤੇ ਤੁਸੀਂ ਕੋਈ ਵੀ ਆਪਣੀ ਚੁਆਇਸ ਦੇ ਅਨਸਾਰ ਪਾ ਸਕਦੇ ਆ ਨਹੀਂ ਵੀ ਪਾਵਾਂਗੇ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਪੂਰਾ ਆਪਾਂ ਨੇ ਇਹਨੂੰ ਪਹਿਲਾਂ ਵੀ ਕਾਜੂ ਵਗੈਰਾ ਇਲਾਇਚੀ ਪਾਊਡਰ ਵਗੈਰਾ ਸਾਰਾ ਕੁਝ ਪਾਇਆ ਹੈ ਤੇ ਕੇਸਰ ਨੇ ਬਹੁਤ ਅੱਛਾ ਇਹਨੂੰ ਕਲਰ ਦੁੱਤਾ ਹੈ ਤੇ ਇਹਨੂੰ ਆਪਾਂ ਜਿਹੜਾ ਠੰਢੀ ਕਰਕੇ ਖਾਈਏ ਤਾਂ ਵੀ ਬਹੁਤ ਟੇਸਟੀ ਲੱਗਦੀ ਹੈ ਤੇ ਰੂਮ ਟੈਂਪਰੇਚਰ ਤੇ ਰੱਖ ਕੇ ਵੀ ਜੇ ਅਗਰ ਖਾਈਏ ਤਾਂ ਵੀ ਬਹੁਤ ਟੇਸਟੀ ਲੱਗਦੀ ਹੈ ਤੁਸੀਂ ਵੀ ਸਾਰੇ ਇਦਾਂ ਬਣਾ ਕੇ ਦੇਖਣਾ ਤੇ ਮੈਨੂੰ ਆਪਣੇ ਕਮੈਂਟਸ ਦੇਣਾ ਬਣਾਉਣੇ ਕੋਈ ਔਖੀ ਨਹੀਂ ਹੈਗੀ ਬਹੁਤ ਈਜ਼ੀਲੀ ਹੈ ਜਿਹੜਾ ਸਾਰਾ ਕੁਝ ਬਣ ਜਾਂਦਾ ਹੈ ਤੇ ਮੈਨੂੰ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਇਹਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਜਣੇ ਖੁਸ਼ ਰਹੋ ਤੇ ਹਮੇਸ਼ਾ ਹੱਸਦੇ ਵਸਦੇ ਰਹੋ